ਹੈਲਥ ਆਰਗੇਨਾਈਜੇਸ਼ਨ ਵੱਲੋਂ ਕਰੋਨਾ ਨੂੰ ਮਹਾਮਾਰੀ ਘੋਸ਼ਿਤ ਕਰਨ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਨਤਾ ਕਰਫਿਊ ਦੀ ਗੱਲ ਕਹੀ ਹੈ ਪਰ ਇਸ ਦੇ ਨਾਲ ਲੋਕ ਵੀ ਜ਼ਿਆਦਾ ਕੋਸ਼ਿਸ਼ ਕਰ ਰਹੇ ਨੇ ਕਿ ਇਸ ਤੋਂ ਬਚਿਆ ਜਾਵੇ ਕਿਸ ਤਰ੍ਹਾਂ ਇਸ ਬਿਮਾਰੀ ਤੋਂ ਬਚਾਏ ਇਸ ਨੂੰ ਲੈ ਕੇ ਜਲੰਧਰ ਦੀਆਂ ਬਹੁਤ ਸਾਰੀਆਂ ਮਾਰਕੀਟਾਂ ਬੰਦ ਹੋ ਰਹੀਆਂ ਨੇ ਇਹਦੇ ਵਿੱਚ ਇੱਕ ਜਲੰਧਰ ਦੀ ਰੈੱਡ ਕਰਾਸ ਮਾਰਕੀਟ ਹੈ ਇਹ ਵੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਸਾਡੇ ਨਾਲ ਉਹਨਾਂ ਦੇ ਮਾਰਕੀਟ ਦੇ ਕੁਝ ਮੈਂਬਰ ਮੌਜੂਦ ਹੈ ਜੀ ਦੱਸੋ ਕੀ ਤੁਸੀਂ ਫੈਸਲਾ ਲਿੱਤਾ ਹੈ ਕਿ ਕੋਰੋਨਾ ਵਾਇਰਸ ਨਾਲ ਚੱਲ ਰਹੀ ਆਪਣੇ ਮਾਰਕੀਟ ਜਿਹੜੀ ਹੈ ਰੈੱਡ ਕਰਾਸ ਮਾਰਕੀਟ 22 ਤਰੀਕ ਤੋਂ ਲੈ ਕੇ 26 ਤਰੀਕ ਤੱਕ ਬੰਦ ਦਾ ਐਲਾਨ ਕਰਦੇ ਹਾਂ ਅਗਰ ਕੰਮ ਵਧੇਗਾ ਤਾਂ ਅਸੀਂ ਉਸ ਤੋਂ ਅੱਗੇ ਵੀ ਨਾਲ ਚੱਲਾਂਗੇ ਇਸ ਜਿਹੜੀ ਮਾਰਕੀਟ ਦੀ ਗੱਲ ਕੀਤੀ ਜਾਵੇ ਇਸ ਵਿੱਚ ਕਿਹੜੀਆਂ-ਕਿਹੜੀਆਂ ਦੁਕਾਨਾਂ ਤਾਂ ਕਿ ਲੋਕਾਂ ਨੂੰ ਵੀ ਜਾਣਕਾਰੀ ਮਿਲ ਸਕੇ ਲੋਕ ਅਵੇਅਰ ਹੋ ਸਕਣ ਇਸ ਮਾਰਕੀਟ ਦੇ ਵਿੱਚ ਬੋਟਾਂ ਦੀਆਂ ਦੁਕਾਨਾਂ ਹੈ ਰੈਡੀਮੇਡ ਦੀਆਂ ਦੁਕਾਨਾਂ ਹੈ ਖਾਣ-ਪੀਣ ਦੀਆਂ ਦੁਕਾਨਾਂ ਹੈ ਇਹ ਤਿੰਨ ਤਰ੍ਹਾਂ ਦੀਆਂ ਦੁਕਾਨਾਂ ਇਸ ਮਾਰਕੀਟ 'ਚ ਆ ਗਈਆਂ ਜੀ ਬਾਜੀ ਜੀ ਇਸ ਜੀ ਇਸ ਵਿੱਚ ਜੇ ਦੁਕਾਨਾਂ ਦੀ ਗੱਲ ਕੀਤੀ ਜੇ ਕਿੰਨੀਆਂ ਕੋ ਦੁਕਾਨਾਂ ਹੈ ਤੇ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਪਰ ਤੁਸੀਂ ਅੱਗੇ ਕੋਸ਼ਿਸ਼ ਕਰ ਰਹੇ ਹੋ ਕੀ ਕਾਰਨ ਸਿਹਤ ਤੋਂ ਵੱਤੇ ਤਾਂ ਕੁਝ ਨਹੀਂ ਹੈ ਜੀ ਇਹਦੇ 'ਚ ਸੀ ਇਹਦਾ ਸਾਰਾ ਕੁਝ ਆਇਆ ਇਸ ਕਰਕੇ ਸਾਰਿਆਂ ਨੇ ਡਿਸੀਜਨ ਲਿਤਾ ਕਿ ਬੰਦੀ ਕਰਾਂਗੀ 26 ਤੋਂ ਲੈ ਕੇ 22 ਤੋਂ ਲੈ ਕੇ 26 ਤਰੀਕ ਤੱਕ ਬੰਦ ਰਹੇਗੀ ਜੇ ਦੂਜੇ ਪਾਸੇ ਅਸੀਂ ਗੱਲ ਕਰੀਏ ਸਰਕਾਰ ਨੇ ਫੈਸਲਾ ਕਰਫਿਊ ਦਾ ਤਾਂ ਲੈ ਲਿਆ ਪਰ ਤੁਹਾਨੂੰ ਲੱਗਦਾ ਨਹੀਂ ਕਿ ਸਰਕਾਰ ਨੂੰ ਹੋਰ ਵੀ ਇਹਦੇ ਚ ਜਿਵੇਂ ਵਿਦੇਸ਼ਾਂ ਦੀ ਗੱਲ ਕੀਤੀ ਜਾਏ ਫੰਡ ਦਿੱਤੇ ਜਾ ਰਹੇ ਆ ਕ੍ਰਾਈਮ माफ ਕੀਤੇ ਜਾ ਰਹੇ ਜਿਹੜੇ ਪਰਮਨੈਂਟ ਜੌਬ ਕਰਦੇ ਨੇ ਉਹਨਾਂ ਲੋਕਾਂ ਨੂੰ ਜਿਹੜਾ ਪੈਸਾ ਦਿੱਤਾ ਜਾ ਰਿਹਾ ਬਿਲਕੁਲ ਕਰਨਾ ਚਾਹੀਦਾ ਸਰਕਾਰ ਨੂੰ ਵੀ ਕਿਉਂਕਿ ਜਿਹੜੇ ਰੋਜ਼ਗਾਰ ਹੈਗੇ ਰੋਜ਼ ਦਾ ਕਮਾਨ ਵਾਲੇ ਲੋਕ ਹੈ ਉਹਨਾਂ ਲਈ ਬਹੁਤ ਔਖਾ ਹੋ ਗਿਆ ਇਸ ਟਾਈਮ ਕੰਡਣਾ ਨਾਲੇ ਜਿਵੇਂ ਇੱਥੇ ਤੁਹਾਡੇ ਕੋਲ ਬਹੁਤ ਸਾਰੇ ਵਰਕਰ ਕੰਮ ਵੀ ਕਰਦੇ ਹੋਣਗੇ ਉਹਨਾਂ ਦੇ ਜੇ ਤੁਸੀਂ ਹਫਤਾ ਬੰਦ ਕਰਦੇ ਹੋ ਉਹਦੇ ਨਾਲ ਕੋਈ ਨੁਕਸਾਨ ਹੋ ਸਕਦਾ ਤੁਸੀਂ ਉਹਦਾ ਕੋਈ ਹੱਲ ਸੋਚਿਆ ਸਾਨੂੰ ਨੁਕਸਾਨ ਨਹੀਂ ਹੈ ਜੀ ਵਰਕਰ ਸਾਡੇ ਨਾਲ ਜੁੜੇ ਹੋਏ ਆ ਸਾਨੂੰ ਉਹਨਾਂ ਬਾਰੇ ਅਸੀਂ ਹੀ ਕਰਨਾ ਹੋਰ ਕਿਸੇ ਨੇ ਨਹੀਂ ਕਰਨਾ ਸਾਡੇ ਬਾਰੇ ਸਾਡੇ ਮਾਲਕ ਆਪਰੇਟ ਕਰਨ ਨਾ ਕਰਨ ਪਰ ਸਾਨੂੰ ਉਹਨਾਂ ਨੂੰ ਆਪਰੇਟ ਕਰਨਾ ਪੈਣਾ ਜੀ ਠੀਕ ਹੈ ਉਹਨਾਂ ਨਾਲ ਉਹਨਾਂ ਦਾ ਸਾਡੇ ਤੋਂ ਬਗੈਰ ਕੋਈ ਨਹੀਂ ਹੈਗਾ ਠੀਕ ਹੈ ਇਸ ਕਰਕੇ ਸੋਨਾਂ ਨਾਲ ਹੈਗੇ ਆ ਜੀ ਹਮੇਸ਼ਾ ਨਾਲ ਹੌਸੇ ਮੁੰਡਿਆਂ ਦੇ ਜਿਨ ਨੂੰ ਕੋਈ ਸਰਕਾਰ ਵਾਲੋਂ ਕੋਈ ਮਤ ਨਹੀਂ ਮਿਲ ਰਹੀ ਅਸੀਂ ਜੋ ਕਰਾਂਗੇ ਆਪਣੇ ਵਰਕਰਾਂ ਨਾਲ ਆਪ ਹੀ ਕਰਾਂਗੇ ਹਜੀ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜੀ ਰੈੱਡ ਕਰਾਸ ਮਾਰਕੀਟ ਹੈ 22 ਤੋਂ ਲੈ ਕੇ 26 ਤੱਕ ਬੰਦ ਰਹੇਗੀ ਆਪਣੀ ਜਾਨ ਤੋਂ ਉੱਤੇ ਕੋਈ ਵੀ ਚੀਜ਼ ਨਹੀਂ ਇਹੀ ਮਕਸਦ ਰੱਖਦੇ ਹੋ ਇਹਨਾਂ ਨੇ ਮਾਰਕੀਟ ਬੰਦ ਕਰਨ ਦਾ ਐਲਾਨ ਕੀਤਾ ਹੈ ਕੈਮਰਾਮੈਨ ਆਸ਼ੂ ਗਾਂਧੀ ਦੇ ਨਾਲ ਪਰਮਜੀਤ ਸਿੰਘ ਰੰਗਪੁਰੀ ਵਾਈਸੋ ਪੰਜਾਬ ਜਲੰਧਰ